ਹੁਣ ਇਦੋਂ ਮੈਡਮ ਆਪਣੀ ਹੈਗੀ ਆ ਰੈਡਫੋਰਡ ਅੱਛਾ ਤੇ ਆ ਸਾਡੇ ਐਕਸਟਰ ਮੈਗਨਸੀ ਉਹਦਾ ਭਰਾ ਵੀ ਕਹਿੰਦੇ ਆ ਜੀ ਫਾਰਮਰ ਬੇਸਿਕਲੀ ਨਾ ਵੈਰੀ ਫਾਰ ਫਰਮ ਮਾਈ ਕੰਸਟੀਟਿਊਐਂਸੀ ਦਾ ਨੈਕਸਟ ਪ੍ਰਾਇਮਰੀ ਕੰਸਟੀਟਿਊਐਂਸੀ ਸੀਗੀ ਅੱਛਾ ਜੀ ਆਪਣੀ ਫੋਰਟ ਸਸਕੈਚੁਆਨ ਅੱਛਾ ਨਾਲ ਇਹਦੇ ਨੈਕਸਟ ਮੇਰੀ ਬਾਉਂਡਰੀ ਨਾਲ ਲੱਗਦੀ ਸੀਗੀ ਅੱਛਾ ਜੀ ਤੇ ਪ੍ਰੀਮੀਅਰ ਹੈ ਸਰ 6-7 ਸਾਲ ਇੱਥੇ ਅੱਛਾ ਨਾਲ ਪੰਜਾਬ ਕੋਈ ਬੜਾ ਖੁਸ਼ ਹੋਏ ਦਿਵਾਲੀ ਤੇ ਗਏ ਸੀ ਅੱਛਾ ਉਦੋਂ ਪਹਿਲਾਂ ਆਪਣਾ ਰਫ ਰਫ ਸੀਗਾ ਮੁੱਖ ਮੰਤਰੀ ਪੰਜਵਾਂ ਹਨ ਇੱਥੇ ਜਾਣੀ ਕਿ ਆਏ ਨੇ ਵੀ ਉਹ ਮੇਰਾ ਮੇਰਾ ਇਕੱਲੇ ਦਾ ਹੀ ਰਾਜ ਹੈ ਜਾਣਗੇ ਉਹਨਾਂ ਨੇ ਜਿਹੜੀ ਸੀਕਰਟ ਬੋਰਡ ਪਾਉਣੀ ਆ ਵੱਡਾ ਬੈਂਚ 15-15 ਮੈਂਬਰ ਸਾਡੇ ਜਾਣੇ ਹਰ ਇੱਕ ਤੋਂ ਇਲਾਕੇ ਚੋਂ 87 ਰਾਈਡਿੰਗਾਂ ਉਹਨਾਂ ਚੋਂ ਜਾ ਕੇ ਉਹਨਾਂ ਨੇ ਵੋਟ ਪਾ ਕੇ ਨਤੀਜਾ ਜਿਹੜਾ ਵੀ ਹੋਊਗਾ ਅੱਛਾ ਜੀ ਉਹ ਨਿਕਲਿਆ ਅੱਛਾ ਜੀ ਦੇਖਦੇ ਹਾਂ ਦੋਸਤੋ ਸਾਡੇ ਨਾਲ ਪਰਮਜੀਤ ਸੰਧੂ ਜਿਨ੍ਹਾਂ ਨੂੰ ਕਿ ਇੱਥੇ ਗੋਰਿਆਂ ਨੇ ਨਾਂ ਦੇ ਦਿੱਤਾ ਪੀਟਰ ਸੰਧੂ ਪੀਟਰ ਵੀ ਕਹਿੰਦੇ ਜਿਹੜਾ ਇੱਕ ਪੀਟਰ ਇੰਜਣ ਹੁੰਦਾ ਆਪਣੇ ਪੰਜਾਬ ਦੇ ਵਿੱਚ ਉੱਥੋਂ ਦੇ ਇਹਨਾਂ ਨੂੰ ਲੱਗਿਆ ਆਪਣਾ ਜਿਹਾ ਹੀ ਹੈ ਯਾਰ ਵੀ ਨਾ ਇਹ ਤਾਂ ਮੈਂ ਪੰਜਾਬ 'ਚ ਵੀ ਸੁਣਾਇਆ ਪੀਟਰ ਤਾਂ ਅਤੇ ਇੰਜਣ ਬਣ ਕੇ ਅੱਜ ਤੱਕ ਪੰਜਾਬੀਆਂ ਦਾ ਮਾਣ ਉੱਚਾ ਕਰ ਰਹੇ ਆ ਅਤੇ ਇੱਥੇ ਦੂਜੀ ਵਾਰੀ ਸਿਲੈਕਟ ਹੋ ਕੇ ਆਪਣੀ ਕੋਨਸਟੀਟੂਐਂਸੀ ਦੇ ਵਿੱਚੋਂ ਇਸ ਲੈਜਿਸਲੇਚਰ ਕੀ ਕਹਿੰਦੇ ਉਹਨੂੰ ਜੀ ਲੈਜਿਸਲੇਚਰ ਦੇ ਵਿੱਚ ਪਹੁੰਚੇ ਆ ਐਡਾ ਮਾਣ ਵਾਲਾ ਦਫ਼ਤਰ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਪ੍ਰਾਈਮ ਮਿਨਿਸਟਰ ਆਫ ਇੰਡੀਆ ਉਹਨਾਂ ਨਾਲ ਵੀ ਫੋਟੋ ਲੱਗੀ ਹੋਈ ਹੈ ਭਾਅ ਜੀ ਦੀ ਅਤੇ ਭਾਜੀ ਹੋਰੀ ਦੋ ਵਾਰੀ ਜਿੱਤੇ ਨੇ ਤੇ ਅਪ੍ਰੈਲ 23-2012 ਤੇ ਮਾਰਚ 3-2008 ਦੋ ਵਿਕਟਰੀਆਂ ਦੋ ਮੋਰਚ ਜਿੱਤੇ ਸਾਡੇ ਆਪਣੇ ਮਹਾਰਾਣੀ ਇਲਿਜ਼ਬੈਥ ਆਈ ਸੀ ਉਦੋਂ ਉਹਨਾਂ ਨੇ ਉਦੋਂ ਸਾਡੇ ਨਾਲ ਖੜ ਕੇ ਗੱਲਬਾਤ ਕੀਤੀ ਉਹਨਾਂ ਨਾਲ ਉੱਥੇ ਗੱਲ ਕਰਨੀ ਕਿ ਉੱਥੇ ਆਮ ਨੇੜੇ ਨਹੀਂ ਜਾ ਸਕਦਾ ਸੀਗਾ ਓਨਲੀ ਸ਼ੀ ਸਟੌਪ ਬਿਕਾਜ਼ ਇਟ ਵਾਸ ਵੇਰਿੰਗ ਟਰਬਨ ਉਹਨੂੰ ਸਿੱਖਾਂ ਦੀ ਰਿਸਪੈਕਟ ਆ ਉਹਨਾਂ ਨੇ ਆ ਕੇ ਉਹਨਾਂ ਪੁੱਛਿਆ ਵੀ ਆਰ ਯੂ ਫਰੋਮ ਇੰਡੀਆ ਇੰਨੀ ਗੱਲ ਸੀਗੀ 25-30 ਕੈਮਰੇ ਪਾਪੂਲਾਰਿਟੀ ਸਾਰੇ ਪਾਸੇ ਆ ਗਏ ਸੋ ਦੈਨ ਦੇ ਪਬਲਿਸ਼ ਅਲਬਰਟਾ ਗੌਰਮੈਂਟ ਵੱਲੋਂ ਆ ਪੈਂਪਲ ਸਾਡਾ ਅਲਬਰਟਾ 'ਚ ਗਿਆ ਸੈਲੀਬ੍ਰੇਸ਼ਨ ਟਾਈਮ ਸੀ 100 ਇਅਰਸ ਸੋ ਆਰ ਪਿਕਚਰਸ ਇਨ ਦਾ ਥਰਡ ਪਿਕਚਰ ਇਹ ਕਿਹੜੇ ਇਅਰ ਦੀ ਹੈ 2005 ਦੀ 100 ਇਅਰਸ ਹੈ ਨਾ ਅੱਛਾ ਸੈਲੀਬ੍ਰੇਸ਼ਨ ਆਫ ਪ੍ਰੋਵਿੰਸ 100 ਇਅਰਸ ਹਾਂਜੀ ਹਾਂਜੀ ਬਿਫੋਰ ਐਮਐਲਏ ਦਿਸ ਇਜ਼ ਬਿਫੋਰ ਐਮਐਲਏ ਇਹ ਉਦੋਂ ਭਾਜੀ ਹੋਰੀ ਐਮਐਲਏ ਵੀ ਨਹੀਂ ਸੀ ਬਣੇ ਤੇ 2005 ਦੇ ਵਿੱਚ ਕੁਈਨ ਐਲਿਜ਼ਾਬੈਥ ਇਹਨਾਂ ਕੋਲ ਸਪੈਸ਼ਲੀ ਵੀ ਪੱਗ ਬੰਨੀ ਹੋਈ ਸੀ ਬਾਈ ਜੀ ਨੇ ਤੇ ਪੱਗ ਦੀ ਪਹਿਚਾਣ ਕਰਕੇ ਰੁਕੇ ਤੇ ਉਹਨਾਂ ਨੇ ਕਿਹਾ ਵੀ ਆਰ ਯੂ ਫਰੋਮ ਇੰਡੀਆ ਤੇ ਇੱਥੋਂ ਦੀ ਜਿਹੜੀ ਪੱਗ ਅਤੇ ਪੰਜਾਬ ਦੀ ਪਹਿਚਾਣ ਹੈ ਉਹ ਦੇਖ ਲਓ ਵੀ ਇੱਕ ਕੁਈਨ ਨੂੰ ਵੀ ਰੋਕ ਲੈਂਦੀ ਹੈ ਜਾਂਦਾ ਬੰਦਾ ਪਛਾਣ ਲੈਂਦਾ ਵੀ ਆਹ ਦੇਖ ਪੱਗ ਵਾਲਾ ਸਰਦਾਰ ਹੈ ਤੇ ਪੰਜਾਬ ਦਾ ਉਹ ਤੇ ਇੰਡੀਆ ਦਾ ਉਹ ਐਂਡ 50 ਥਾਊਜ਼ੰਡ ਪੀਪਲ ਗੈਦਰਿੰਗ ਸੀਗੀ
ਉਸ ਜਿਹੜੀ ਫੁੱਟਬਾਲ ਸਟੇਡੀਅਮ ਚ ਜਿਹੜੇ ਲੋਕ ਇੱਥੇ ਰਹਿੰਦੇ ਸਾਡੇ ਵੀਰ ਉਹਨਾਂ ਨੂੰ ਪਤਾ ਅਲਬਰਟਾ ਦਾ ਵੀ ਜਿਹੜਾ ਐਡਮਿੰਟਨ ਦਾ ਬਹੁਤ ਵੱਡਾ ਸਟੇਡੀਅਮ ਆ ਫੁੱਟਬਾਲ ਦਾ ਗੈਦਰਿੰਗ ਉਹਦੇ ਸੈਲੀਬ੍ਰੇਸ਼ਨ ਕਰਨੀ ਸੀਗੀ ਸ਼ੀ ਵਾਕਿੰਗ ਟੂ ਦਾ ਸਟੇਜ ਐਂਡ ਸ਼ੀ ਸਟੋਪ ਬਿਕੋਜ਼ ਆਈ ਵਾਸ ਵੇਰੀ ਟਰਬਲ ਸ਼ੀ ਸਟੋਪ ਓਨ ਟੂ ਪਲੇਸਿਸ ਵਨ ਵਾਸ ਪਰਸਨ ਬਲਾਈਂਡ ਵਿਦ ਅ ਆਈ ਡੌਗ ਐਂਡ ਸ਼ੀ ਸਟੋਪ ਦੇਅਰ ਦੈਨ ਸੈਕਿੰਡ ਸਟੋਪ ਵਾਸ ਬਿਕੋਜ਼ ਆਈ ਵਾਸ ਵੇਰੀ ਟਰਬਲ ਹੁਣ ਜਿਵੇਂ ਕਿ ਇਹਨਾਂ ਨੇ ਪੱਗ ਦਾ ਦੱਸਿਆ ਕਿ ਕੁਈਨ ਉਹ ਪੱਗ ਕਰਕੇ ਰੁਕੀ ਪਰ ਜੇ ਅਸੀਂ 1984 ਚ ਝਾਤ ਮਾਰੀਏ ਤਾਂ ਇਹੀ ਪੱਗ ਸਾਡੀ ਪਹਿਚਾਣ ਇਹਨੂੰ ਰੋਲ ਦਿੱਤਾ ਗਿਆ ਇੰਡੀਆ ਦੇ ਵਿੱਚ ਆਪ ਜੀ ਨੂੰ ਵੀ ਪਤਾ ਹੋਊਗਾ ਕਿ 1984 ਯਾਨੀ ਕਿ 1984 ਚ ਜਿਹਨੇ ਸਿਰ ਤੇ ਪੱਗ ਬੰਨੀ ਸੀ ਜਾਂ ਜਿਹਦੇ ਹੱਥ ਚ ਕੜਾ ਸੀ ਜਿਹਦੇ ਸਿਰ ਤੇ ਪੱਗਾਂ ਦੇ ਨਿਸ਼ਾਨ ਸੀ ਉਹਨਾਂ ਨੂੰ ਜਿਉਂਦੇ ਫੂਕ ਦਿੱਤਾ ਗਿਆ ਤੇ ਜਿੰਨੀ ਆਵਾਜ਼ ਮੈਨੂੰ ਲੱਗਦਾ ਬਾਹਰੋਂ ਬੁਲੰਦ ਹੁੰਦੀ ਹੈ 1984 ਲਈ ਉਨੀ ਸ਼ਾਇਦ ਕਿਤੇ ਨਹੀਂ ਹੁੰਦੀ ਸ਼ਾਇਦ ਪੰਜਾਬੀ ਜਿਹੜੇ ਇੰਡੀਆ 'ਚ ਬੈਠੇ ਆ ਕਈ ਵਾਰੀ ਜਿਹੜੇ ਆਮ ਪਬਲਿਕ ਦੇ ਵਿੱਚ ਇਹ ਰੋਸ ਜਿਹੜਾ ਇਹ ਹੋਰ ਜ਼ੋਰ ਫੜਦਾ ਜਾ ਰਿਹਾ ਕਿ ਉੱਥੇ ਸਿਰਫ ਵੋਟਾਂ ਦੀ ਰਾਜਨੀਤੀ ਵੇਲੇ 1984 ਉਹਦਾ ਜਿਹੜਾ ਸਾਡਾ ਦੁਖਾਂਤ ਆ ਉਹ ਯਾਦ ਆਉਂਦਾ ਤੇ ਜਿਵੇਂ ਆਪਾਂ ਕੱਲ ਸ਼ੋਅ ਸੀ ਆਪਣਾ ਤੇ ਆਈ ਰਿਪ੍ਰੈਜ਼ੈਂਟਡ ਐਜ਼ ਐਨ ਇੰਡੀਅਨ ਨਾਟ ਐਜ਼ ਅ ਸਿੱਖ ਨੋ ਯੂ ਲਾਈਕ ਯੂਰ ਵੌਇਸ ਇਜ਼ ਪ੍ਰੀਟੀ ਉਹਨਾਂ ਦੀ ਜਿਹੜੀ ਰੋਸ ਸੀਗਾ 84 ਦੇ ਇਸ ਜੈਨੂਇਨ ਹਿਊਮਨ ਰਾਈਟਸ ਆਪਾਂ ਗੱਲ ਕਰਦੇ ਹਾਂ ਹਿਊਮਨ ਰਾਈਟਸ ਉਹ ਮੁਸਲਿਮ ਵੀ ਹੋ ਸਕਦੇ ਆ ਉਹ ਸ਼ਿਕਾਰ ਉਹ ਸਿੱਖ ਵੀ ਹੋ ਸਕਦੇ ਆ ਉਹ ਕੋਈ ਹੋਰ ਮਨੋਰਟੀ ਵੀ ਹੋ ਸਕਦੀ ਆ ਬਿਲਕੁਲ ਐਨ 84 ਚ ਜਿਹੜਾ ਹੋਇਆ ਉਹ ਬੇਸਿਕਲੀ ਵਨ ਸਾਈਡਡ ਗੱਲ ਹੋਈ ਹੈ ਸਾਰੀ ਉਹ ਰੋਂਗ ਐਂਡ ਉਸ ਟਾਈਮ ਜਿਹੜੇ ਜਿਨ੍ਹਾਂ ਨੂੰ ਵੀ ਹੁਣ ਵੀ ਪਤਾ ਲੱਗਿਆ ਵੀ ਉੱਥੋਂ ਜਿਹੜੇ ਮਿਨਿਸਟਰ ਉਹ ਇਨਵੋਲਵ ਸੀਗੇ ਵੀ ਹਜੇ ਤੱਕ ਉਹਨੂੰ ਪਨਿਸ਼ਮੈਂਟ ਮਿਲੀ ਇਸ ਸੈਡ ਨਹੀਂ ਇਹ ਤੁਸੀਂ ਆਪਾਂ ਕੀ ਸੋਚ ਸਕਦੇ ਹਾਂ ਵੀ ਸਾਡੇ ਤੇ ਕਿਤੇ ਬਾਹਰੋਂ ਅਟੈਕ ਕੀਤਾ ਗਿਆ ਜਾਂ ਅੰਦਰੋਂ ਹੋਇਆ ਸੀ ਆਪਾਂ ਹੁਣ ਗੁਆਂਢੀਆਂ ਨੂੰ ਬਲੇਮ ਕਰਦੇ ਆ ਵੀ ਨਹੀਂ ਪੜੋਸੀ ਰਾਜਾਂ ਨੇ ਸਾਡੇ ਤੇ ਹਮਲਾ ਕਰਤਾ ਤੇ ਆ ਕੇ ਚੁਣ ਚੁਣ ਕੇ ਸਿੱਖ ਮਾਰੇ ਕਿਉਂਕਿ ਜੇ ਪੀਟਰ ਸੰਧੂ ਸਾਹਿਬ ਜੇ ਜਹਾਜ਼ ਉੱਪਰੋਂ ਲੰਘੇ ਜੇ ਸਾਡੀ ਦੁਸ਼ਮਣਾਂ ਨਾਲ ਲੜਾਈ ਹੋਵੇ ਤੇ ਉਹ ਦੁਸ਼ਮਣ ਹੈ ਜਿਹੜਾ ਉਹ ਚੂਜ਼ ਹੀ ਨਹੀਂ ਕਰ ਸਕਦਾ ਵੀ ਕਿੱਥੇ ਕਿਹੜੀ ਕਮਿਊਨਿਟੀ ਹੈ ਉਹ ਤਾਂ ਜਦੋਂ ਬੰਬ ਸਿੱਟੂਗਾ ਤੇ ਪੂਰੇ ਦੇਸ਼ ਤੇ ਸਿੱਟੂਗਾ ਤੇ ਜੇ ਬਰਬਾਦੀ ਹੋਊਗੀ ਤਾਂ ਸਾਰੇ ਧਰਮਾਂ ਦੀ ਇਕੱਠਿਆਂ ਦੀ ਕਰੂਗਾ ਪਰ ਉਦੋਂ ਸਿਰਫ ਚੁਣ ਕੇ ਜਿਨ੍ਹਾਂ ਨੇ ਸਿਰ ਤੇ ਪੱਗ ਬੰਨੀ ਸੀ ਤੇ ਜਿਨ੍ਹਾਂ ਨੇ ਹੱਥ 'ਚ ਕੜੇ ਪਾਏ ਸੀ ਜਿਨ੍ਹਾਂ ਔਰਤਾਂ ਨੇ ਆਪਣੇ ਏਕੰਕਾਰ 'ਚ ਪਾਏ ਹੋਏ ਸੀ ਬੰਦਿਆਂ ਨੇ ਏਕੰਕਾਰ 'ਚ ਪਾਏ ਸੀ ਉਹਨਾਂ ਦਾ ਐਡਾ ਕਿੱਡਾ ਕੁ ਗੁਨਾਹ ਹੋ ਗਿਆ ਕਿ ਉਹਨਾਂ ਨੂੰ ਤੁਸੀਂ ਬੇਰਹਿਮੀ ਦੇ ਨਾਲ ਜਿਉਂਦਿਆਂ ਫੂਕ ਦਿਓ ਪੁੱਤਾਂ ਸਾਹਮਣੇ ਪਿਓ ਫੂਕ ਦਿੱਤਾ ਗਿਆ ਪਿਓ ਸਾਹਮਣੇ ਜਵਾਨ ਪੁੱਤ ਫੂਕ ਦਿੱਤੇ ਗਏ ਪਿਓ ਸਾਹਮਣੇ ਜਵਾਨ ਧੀਆਂ ਦੀ ਇੱਜ਼ਤ ਲੁੱਟੀ ਗਈ ਸੱਤ ਸੱਤ ਅੱਠ ਅੱਠ ਬੰਦੇ ਲਾਈਕ ਉਹਨੂੰ ਹੁਣੀ ਪਿੱਛੇ ਦਾਮਿਨੀ ਐਪੀਸੋਡ ਹੋਇਆ ਸੀ ਇਟ ਵਾਸ ਵੈਰੀ ਸੈਡ ਕਿ ਇੰਡੀਆ ਦੇ ਵਿੱਚ ਹੋਇਆ ਹੈ ਨਾ ਇੱਕ ਔਰਤ ਦੇ ਨਾਲ ਇੱਕ ਕੁੜੀ ਦੇ ਨਾਲ ਬੱਸ ਦੇ ਵਿੱਚ ਰੇਪ ਹੋਇਆ ਐਂਡ ਦੇਰ ਵਾਸ ਹੋ ਹੱਲਾ ਥਰੂ ਆਊਟ ਦਾ ਵਰਲਡ ਪੂਰੀ ਇਹ ਨਾ ਸਟਰੀਟਸ ਦੇ ਉੱਤੇ ਜਾਮ ਲੱਗ ਗਿਆ ਆਈ ਵਾਂਟ ਟੂ ਸਟਾਪ ਲਾਈਕ ਯੂ ਹੇਅਰ ਦੋ ਦ ਵਨ ਗਰਲ ਦ ਫੋਰ ਕਲਪਰਟ ਸੀ ਉਹਨਾਂ ਨੂੰ ਪਨਿਸ਼ਮੈਂਟ ਦਿੱਤੀ ਗਈ ਹਾਂਜੀ ਐਂਡ 84 ਚ ਥਾਊਜ਼ੰਡ ਪੀਪਲ ਗਿਰ ਗਏ ਕਈ ਕੁੜੀਆਂ ਦੇ ਨਾਲ ਉੱਡਾ ਹੀ ਬੇਰਹਿਮੀ ਨਾਲ ਬਲਾਤਕਾਰ ਕੀਤੇ ਗਏ ਉਨੀ ਬੇਰਹਿਮੀ ਨਾਲ ਉਹਨਾਂ ਨੂੰ ਮਾਰ ਦਿੱਤਾ ਗਿਆ ਤੇ ਜਦੋਂ ਤੱਕ ਉਹ ਉਦੋਂ ਤੱਕ ਨਹੀਂ ਛੱਡੀਆਂ ਗਈਆਂ ਜਦ ਤੱਕ ਉਹਨਾਂ ਦੇ ਪ੍ਰਾਣ ਨਹੀਂ ਮੁੱਕ ਗਏ ਕਈ 3 ਦਿਨਾਂ ਤੱਕ ਕੁੱਤੇ ਮਾਸ ਖਾਂਦੇ ਰਹੇ ਦਿੱਲੀ ਜਿਹੜੀ ਕੈਪੀਟਲ ਆਫ ਇੰਡੀਆ ਆ ਉਹਦੇ ਵਿੱਚ ਤੇ ਅਸੀਂ ਉਦੋਂ ਜਿਹੜੇ ਮੰਤਰੀ ਸੀ ਜਿਹੜੇ ਉਦੋਂ ਪੁਲਿਸ ਵਾਲੇ ਸੀ ਜਿਹੜੀ ਉਦੋਂ ਮਿਲਟਰੀ ਉਸ ਟਾਈਮ ਉੱਥੇ ਸੀਗੀ ਡਿਪਿਊਟਡ ਦੇ ਸ਼ੁਡਨਟ ਬੀ ਪਨਿਸ਼ਡ ਕਿ ਚਾਹੇ ਤੁਹਾਡੇ ਤੇ ਇਲਜ਼ਾਮ ਹੈ ਜਾਂ ਨਹੀਂ ਤੁਸੀਂ ਕਰ ਕੀ ਰਹੇ ਸੀ ਐਂਡ ਅੱਜ ਜੇ ਉਹਨਾਂ ਨੂੰ ਪੁੱਛਿਆ ਜਾਂਦਾ ਤਾਂ ਦੋਸ ਪੀਪਲ ਦੇ ਸੇ ਕਿ ਅਸੀਂ ਇੱਕ ਪ੍ਰਾਈਮ ਮਿਨਿਸਟਰ ਦੀ ਡੈਥ ਸੀ ਉਹਦੇ ਆਪਣੇ ਸੰਸਕਾਰ ਸਮਾਗਮ ਦਾ ਇੰਤਜ਼ਾਮ ਕਰਨ ਲੱਗੇ ਸੀ ਜਿਹੜਾ ਬੰਦਾ ਇਸ ਦੁਨੀਆ ਤੋਂ ਜਾ ਹੀ ਚੁੱਕਿਆ ਵਟ ਓਵਰ ਰੀਜ਼ਨਸ ਇਟ ਮਾਈਟ ਬੀ ਜਿਹੜਾ ਬੰਦਾ ਜਾ ਹੀ ਚੁੱਕਿਆ ਕਿ ਉਹਨੂੰ ਸਾਂਭਣਾ ਜ਼ਿਆਦਾ ਜ਼ਰੂਰੀ ਆ ਜਾਂ ਜਿਹੜੇ ਜਿਨ੍ਹਾਂ ਕਰਕੇ ਉਹ ਬਣਿਆ ਸੀ ਪ੍ਰਾਈਮ ਮਿਨਿਸਟਰ ਜਦੋਂ ਉਹ ਮਾਰੇ ਜਾ ਸਕਦੇ ਸੀ ਉਹਨਾਂ ਨੂੰ ਸਾਂਭਣਾ ਜ਼ਿਆਦਾ ਜ਼ਰੂਰੀ ਸੀ ਵਟ ਵਾਸ ਇੰਪੋਰਟੈਂਟ ਤੁਹਾਨੂੰ ਪਤਾ ਹੀ ਆ ਜਿਹੜਾ ਬੇਸਿਕਲੀ ਦਾ ਹਿਊਮਨ ਰਾਈਟਸ ਦੀ ਆਪਾਂ ਗੱਲ ਕਰੀਏ ਕੈਨੇਡਾ ਇਜ਼ ਵੈਰੀ ਗੁੱਡ ਕੰਟਰੀ ਕੀਪ ਦਾ ਹਿਊਮਨ ਰਾਈਟਸ ਡਜ਼ਨਟ ਮੈਟਰ ਵਟ ਕਲਰ ਵਟ ਰੇਸ ਦੇ ਲੁੱਕ ਆਫਟਰ ਦੈਟਸ ਮੈਨੀ ਪੰਜਾਬੀ ਇਹਦੇ ਸਿੱਖਾਂ ਨੇ ਤਰੱਕੀਆਂ ਕੀਤੀਆਂ ਆ ਕੇ ਬਾਹਰ ਜਾਂ ਪੰਜਾਬੀਆਂ ਨੇ ਤਰੱਕੀ ਕੀਤੀ ਹੈ ਬਿਕੋਜ਼ ਆਫ ਦੈਟ ਹੋਰ ਤਾਂ ਕੋਈ ਰੀਜ਼ਨ ਇੱਥੇ ਆ ਕੇ ਮਿਹਨਤ ਦੇ ਉੱਥੇ ਵੀ ਸੀਗੇ ਮਿਹਨਤ ਕਰਦੇ ਸੀਗੇ ਇੱਥੇ ਆ ਕੇ ਮਿਹਨਤ ਤੋਂ ਸਾਨੂੰ ਹੋਰ ਫਲ ਮਿਲਿਆ ਲੱਗਿਆ ਕਿਉਂ ਇੱਥੋਂ ਜਿਹੜਾ ਸਿਸਟਮ ਆ ਸਾਰੇ ਅਸੀਂ ਫ੍ਰੀ ਜੇ ਲੋਕ ਹਾਂ ਮਿਹਨਤੀ ਲੋਕ ਹਾਂ ਇੱਥੇ ਆ ਕੀਤਾ ਹੁਣ ਉੱਥੋਂ ਦਾ ਸਿਸਟਮ ਤੁਹਾਨੂੰ ਆਪਾਂ ਨੂੰ ਸਾਰਿਆਂ ਨੂੰ ਪਤਾ ਅਸੀਂ ਮੇਰਾ ਜਿਹੜਾ ਪੁਆਇੰਟ ਆਫ ਵਿਊ ਆ ਵੀ ਜਿਹੜੀ ਵੀ ਕੰਟਰੀ ਜਿਹੜੇ ਵੀ ਲੋਕ ਰਹਿੰਦੇ ਆ ਉਹ ਭਲਾ
ਕਿਸੇ ਵੀ ਰਿਲੀਜੀਅਸ ਜਾਂ ਕਿਹ ਜਿਹਨੂੰ ਲੁੱਕ ਉਸ ਦੇ ਬਿਹਾਫ ਤੇ ਉਹਨਾਂ ਦਾ ਕਿਸੇ ਤਰ੍ਹਾਂ ਵੀ ਨਸਲੋਸੀ ਨਹੀਂ ਹੋਣੀ ਚਾਹੀਦੀ, ਇੱਕ ਸਾਈਡਡ ਨਹੀਂ ਗੱਲ ਹੋਣੀ ਚਾਹੀਦੀ। ਇਹਨਾਂ ਦੀ 1984 ਦਿਖਾਉਣ ਦਾ ਸਾਡੇ ਸਿੱਖਾਂ ਲਈ ਜਾਂ ਉਸ ਟਾਈਮ ਤੇ ਮਨਿਓਰਟੀ ਲਈ ਬੁੱਕਾਂ ਭਰਤੀਆਂ ਸ਼ਹੀਦੀਆਂ ਦੇ ਦੇ ਕੇ ਫਿਰ ਵੀ ਸਾਨੂੰ ਜਿਹੜੀ ਆ ਪਨਿਸ਼ਮੈਂਟ ਉਸ ਟਾਈਮ ਦੀ ਜਿਹੜੀ ਹੋਈ ਹੈ, ਇਨੋਸੈਂਟ ਪੀਪਲਸ ਬਰਨ ਅਲਾਈਵ ਇਨ ਇਟਸ ਵੈਰੀ ਸੈਡ। ਲਾਈਕ ਤੁਸੀਂ ਲੋਕਾਂ ਨੇ ਪਤਾ ਨੀ ਉਸ ਟਾਈਮ ਤੁਸੀਂ ਕਿੱਡੇ ਥੋੜੀ ਏਜ ਐਂਡ ਆਈ ਵਾਜ਼ ਯੰਗ ਐਂਡ ਵੀ ਵਾਚ ਆਲ ਦਿਸ ਸਟਫ ਐਂਡ ਜਿਹੜੀ ਬਾਹਰਲਾ ਮੀਡੀਆ ਸੀ ਉਹਨੂੰ ਸਾਨੂੰ ਸਭ ਕੁਝ ਲਾਈਵ ਦਿਖਾਇਆ ਕਿਉਂ ਮੋਸਟਲੀ ਪੀਪਲ ਡਿਡ ਨਾਟ ਸੀ ਰੀਅਲ ਪਿਕਚਰ। ਪਰ ਜਿਹੜੇ ਕੈਨੇਡਾ ਚ ਲੋਕ ਜਾਂ ਬਾਹਰਲੇ ਕੰਟਰੀ ਰਹਿ ਰਹੇ ਉਸ ਟਾਈਮ ਤੇ ਉਹਨਾਂ ਨੇ ਉਹ ਸਾਰਾ ਕੁਝ ਦੇਖਿਆ, ਲਾਈਵ ਦੇਖਿਆ, ਹਾਂਜੀ ਸਭ ਕੁਝ ਲਾਈਵ ਦੇਖਿਆ ਐਂਡ ਵੀ ਵਾਚ ਐਵਰੀਥਿੰਗ what's going on like 5 June 5 the service is watch it kita par utthe hun kai jagah te record nahi mil raha kai jagah te kai superstaran te kai netawan te ilzam lagya ki unhone kaha ki khoon ka badla khoon hamari maa ke khoon ke cheente sikhon ke ghar mein lene chahiye par oh jehdi gallan kai par you know like baahar la media they don't know bhi hindi ch kede dialogue gal baat kar rahe right they if they known that time they would cover that basically we covered what happened that time but oh hun je utthe labde hai vi sanu record dikhao kyunki doordarshan channel hunda si odo par oh doordarshan wale vi oh record dikhaunde ne kehnde sade kol record hai nahi baki sare record unna kol paye hai purani hai na jadon chande chade jadon azad hoye sare dikha dende hai but 1984 30 saal purani gall hai 30 saal ho gaye inna nu sade malki jehda jo vi jehde jaanch agencies ne jaanch committees ne ਜਾਂਚ ਕਮੇਟੀਆਂ 'ਚ ਜੱਜ ਬਹਿੰਦੇ ਆ ਜਾਂਚ ਕਮਿਸ਼ਨਾਂ 'ਚ ਜੱਜ ਬਹਿੰਦੇ ਆ ਕਿ ਉਹਨਾਂ ਨੂੰ ਪਤਾ ਹੀ ਲੱਗ ਰਿਹਾ ਕਿ ਇਹ ਕੌਣ ਮਾਰ ਗਿਆ ਕਿ ਚੁਣ ਚੁਣ ਕੇ ਘਰਾਂ ਦੇ ਪਤੇ ਦੱਸ ਕੇ ਜਿਉਂਦਿਆਂ ਨੂੰ ਕਿਹੜਾ ਫੂਕ ਗਿਆ ਅਤੇ ਅਸੀਂ ਉੱਥੇ ਹਾਲੇ ਵੀ ਜਸਟਿਸ ਡਿਲੇਡ ਇਸ ਜਸਟਿਸ ਡਿਨਾਈਡ ਉਮੀਦ ਨਹੀਂ ਲੱਗ ਰਹੀ ਵੀ ਕਿਤੇ ਉੱਥੇ ਇਨਸਾਫ਼ ਹੋਊਗਾ ਅਤੇ ਆਪ ਜਿਵੇਂ ਅਸੀਂ ਸਾਰੇ ਸਿੱਖ ਕਮਿਊਨਿਟੀ ਨੂੰ ਬਿਲੋਂਗ ਕਰਦੇ ਹਾਂ ਤੇ ਅਰਦਾਸ ਵਿੱਚ ਬੜੀ ਤਾਕਤ ਹੈ। ਜਦੋਂ ਤੁਸੀਂ ਪਹਿਲੀ ਵਾਰੀ ਫਲਾਈਟ ਫੜ ਕੇ ਇੱਥੇ ਆਏ ਹੋ ਅਰਦਾਸ ਕੀਤੀ ਹੋਊਗੀ ਵੀ ਪਰਮਾਤਮਾ ਸੁੱਖੀ ਸ਼ਾਂਤੀ ਕੈਨੇਡਾ ਪਹੁੰਚਾ ਦੇ ਵੀ $10 ਨਾਲ ਚੱਲੇ ਹੈ ਅੱਜ ਤਾਂ ਫਿਰ ਵੀ ਰੱਬ ਨੇ ਬਹੁਤ ਕੁਝ ਦਿੱਤਾ ਹੋਣਾ। ਜੇ ਅਰਦਾਸ 'ਚ ਇੰਨੀ ਤਾਕਤ ਹੈ ਜਦੋਂ ਸਾਡੇ ਆਨੰਦ ਕਾਰਜ ਹੋਏ ਜਦੋਂ ਆਪ ਜੀ ਦਾ ਵਿਆਹ ਹੋਇਆ ਮੇਰਾ ਹੋਇਆ ਜਾਂ ਜਿਹਦਾ ਵੀ ਹੋਊਗਾ ਜਿਹਦਾ ਹੋਇਆ ਸੀ ਉਹ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਹੁੰਦਾ। ਜੇ ਸਾਡੀ ਕਦੀ ਮੌਤ ਵੀ ਹੋ ਜਾਂਦੀ ਹੈ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਆਪਾਂ ਬੇਨਤੀ ਕਰਦੇ ਹਾਂ ਕਿ ਅਰਦਾਸ ਬੇਨਤੀ ਜੋਧ ਰਹੀ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਸਥਾਨ ਦਿਓ। ਤੇ ਕੀ ਸਿੱਖ ਕੌਮ ਨੂੰ ਆਪਣੀ ਅਰਦਾਸ ਦੇ ਵਿੱਚ ਇਹ ਨਹੀਂ ਐਡ ਕਰਨਾ ਚਾਹੀਦਾ ਕਿ 1984 ਵਿੱਚ ਹੇ ਅਕਾਲ ਪੁਰਖ ਵਾਹਿਗੁਰੂ ਸਾਡੇ ਨਾਲ ਵਹਿਸ਼ੀਆਨਾ ਤਰੀਕੇ ਨਾਲ ਕਤਲੇਆਮ ਕੀਤਾ ਗਿਆ ਤੇ ਸਾਨੂੰ ਛੇਤੀ ਤੋਂ ਛੇਤੀ ਇਹਦਾ ਇਨਸਾਫ਼ ਮਿਲੇ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿਓ ਤੇ ਖਾਲਸਾ ਜੀ ਉਹ ਗੱਜ ਕੇ ਫਤਿਹ ਬੁਲਾਓ ਭਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਇੰਨੀ ਕੁ ਲਾਈਨ ਕੀ ਪੂਰੀ ਕੌਮ ਦੇ ਲਈ ਐਡ ਨਹੀਂ ਕੀਤੀ ਜਾਣੀ ਚਾਹੀਦੀ? ਤੁਸੀਂ ਉਹਦੇ ਉੱਤੇ ਡੋਰ ਛੱਡ ਦਿਓ ਸਭ ਤੋਂ ਵੱਡਾ ਜੱਜ ਉਹ ਹੈ। ਠੀਕ ਹੈ ਗੱਲ ਤੁਹਾਡੀ 100% ਸਹੀ ਹੈ ਇਹਦੇ 'ਚ ਲੌਜਿਕ ਆ। ਲਾਈਕ ਤੁਸੀਂ ਆਪਾਂ ਛੋਟੀ ਜਿਹੀ ਗੱਲ ਕਰਦੇ ਹਾਂ ਉਦੋਂ ਆਪਾਂ ਅਰਦਾਸ ਕਰਦੇ ਹਾਂ ਉਹ ਬਾਬੇ ਨੂੰ ਭਜਾਈ ਫਿਰਦੇ ਹਾਂ ਐਕਚੁਲੀ ਤਾਂ ਉਹ ਜਿਹੜੇ ਅਸਲੀ ਕੰਮ ਉਹ ਛੱਡ ਉਦੋਂ ਛੁਡਾਇਆ ਹੋਇਆ ਛੋਟੇ ਛੋਟੇ ਕੰਮਾਂ 'ਚ ਆਪਾਂ ਉਹਨਾਂ ਨੂੰ ਵੀ ਅਰਦਾਸ ਕਰਕੇ ਕਰਦੇ ਹਾਂ ਜਾ ਕੇ ਵੀ ਹਾਂਜੀ ਸਾਡਾ ਆਹ ਠੀਕ ਹੋਣਾ ਚਾਹੀਦਾ ਸਾਨੂੰ ਕੋਈ ਜੋਬ ਜੇ ਜੋਬ ਵੀ ਕਿਤੇ 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 ਰੌਲਾ ਵੀ ਪੈ ਜਾਵੇ ਫੋਰਮੈਨ ਨਾ ਹੋਵੇ ਅਲੱਗ ਅਰਦਾਸ ਕਰਨ ਸਿਰਫ ਫੋਰਮੈਨ ਹੀ ਨਾ ਆਵੇ ਪਰ ਆਹ ਤਾਂ ਐਡਾ ਵੱਡਾ ਕੌਮ ਦਾ ਤਸੱਦਸ ਕੀਤੇ ਗਏ ਉਸ ਟਾਈਮ ਦੇ ਵੀ ਨੀਡ ਟੂ ਐਡ ਦੋਜ਼ ਲਾਈਨਸ ਐਂਡ ਆਈ ਥਿੰਕ ਲੀਵ ਫੋਰ ਦਾ ਗੋਡ ਟੂ ਆਲਮਾਈਟੀ ਗੋਡ ਟੂ ਡੀਲ ਵਿਦ ਇਸ਼ ਕਿਉਂਕਿ ਜਿਹੜਾ ਪਰਮ ਪਰਮਾਤਮਾ ਜਿਹੜਾ ਜੱਜ ਹੈ ਜਿਹੜਾ ਉੱਪਰ ਵਾਲਾ ਜੱਜ ਹੈ ਜਿਹਦੇ ਹੱਥ 'ਚ ਸਾਰੀਆਂ ਡੋਰਾਂ ਨੇ ਕਠਪੁਤਲੀਆਂ ਜਿਹਨਾਂ ਨੂੰ ਨਚਾਉਂਦਾ ਉਹ ਜੇ ਅਸੀਂ ਉਹਨੂੰ ਜੇ ਆਪਾਂ ਜਿਸ ਸਿਰਫ ਉੱਥੇ ਕਈ ਵਾਰੀ ਇੱਦਾਂ ਹੁੰਦਾ ਜੀ ਵੋਟਾਂ ਲੈਣ ਲਈ 84 ਯਾਦ ਆਉਂਦੀ ਹੈ ਪਰ ਵੈਸੇ ਉਹਨਾਂ 84 ਪੀੜਤਾਂ ਨੂੰ ਪੁੱਛਿਆ ਨਹੀਂ ਜਾਂਦਾ ਉਹਨਾਂ ਦਾ ਬਹੁਤ ਬੁਰਾ ਹਾਲ ਹੈ ਜੀ ਉੱਥੇ ਮੈਂ ਮਿਲਿਆ ਪਰਸਨਲੀ ਉਹਨਾਂ ਨੂੰ। ਮੈਂ ਵੀ ਮੋਗੇ ਇੱਕ ਵਾਰੀ ਜਦੋਂ ਮੈਂ ਪਹਿਲੀ ਵਾਰ 2008 'ਚ ਇਲੈਕਟ ਹੋ ਕੇ ਗਿਆ ਸੀਗਾ ਅਤੇ ਮਾਈ ਭਾਨੋ ਦਾ ਗੁਰਦੁਆਰਾ ਮਿਲਣਾ ਤਾਂ ਮੋਗੇ ਨਾਲ ਹੀ ਅਤੇ ਫਾਟਕਾਂ ਦੇ ਅੱਛਾ ਜੀ ਹਾਂਜੀ ਹਾਂਜੀ ਬੀਬੀ ਖਾਨ ਕੌਰ ਅਤੇ ਉੱਥੇ ਉਹ ਗੈਦਰਿੰਗ ਹੋਈ ਸੀਗੀ ਇਹਦੇ ਬਾਰੇ 84 ਦੇ ਐਂਡ ਆਈ ਸੈਡ ਦੈਟ ਓਪਨਲੀ ਆਈ ਸੈਡ ਯੂ ਨੋ ਲਾਈਕ ਦੈਟ ਵਾਸ ਵਨ ਸਾਈਡਡ ਐਂਡ ਜਿਹੜੇ ਉੱਥੋਂ ਦੇ ਜਿਹੜੇ ਜਿੰਨੀਆਂ ਲੋਕ ਤਾਂ ਬਹੁਤ ਮਰੇ ਆ ਵੀ ਪਰ ਜਿਹੜਾ ਕੰਪਨਸੇਟ ਦੇ ਲੋਕ ਮੰਗ ਕਰ ਰਹੇ ਆ
ਪਰੀ ਗੱਲ ਇਹ ਕੰਪਨਸੇਸ਼ਨ ਉਸ ਟਾਈਮ ਤੇ ਕੰਪਨਸੇਸ਼ਨ ਦੀ ਗੱਲ ਚੱਲਦੀ ਸੀ ਮੈਂ ਇਸ ਟਾਈਮ ਆਪਾਂ ਗੱਲ ਕਰਦੇ ਹਾਂ ਕਿ ਕੰਪਨ ਇੱਕ ਪਾਸੇ ਤੁਹਾਨੂੰ ਆਪਣੇ ਸਾਡੇ ਨਾਲ ਮਾੜਾ ਹੋਇਆ ਤੁਸੀਂ ਮੈਨੂੰ ਬਹੁਤ ਸਾਰਾ ਪੈਸਾ ਦੇ ਦਿਓ ਤੁਸੀਂ ਕੋਈ ਇਨਸਾਫ ਭੁੱਲ ਜਾ ਪੈਸੇ ਵੀ ਦਿੱਤਾ ਯਾਰ ਚਲੋ ਪੈਸਾ ਤਾਂ ਨਹੀਂ ਦਿੱਤਾ ਹੁਣ ਜਿਹੜੇ ਕੁੜੀਆਂ ਜਿਹਨਾਂ ਦਾ ਪਿਓ ਉਸ ਟਾਈਮ ਤੇ ਕੋਈ ਬੱਚਾ ਯਾਨੀ ਕਿ ਛੋਟਾ ਜਿਹਾ ਸੀਗਾ ਦੋ ਸਾਲ ਦਾ ਤਿੰਨ ਸਾਲ ਦਾ ਐਟਲੀਸਟ ਉਹ ਥੋੜਾ ਬਹੁਤਾ ਤੇ ਮਨ ਨੂੰ ਪੱਟੀ ਤਾਂ ਕਰੋ ਚੱਲ ਨਹੀਂ ਉਹ ਤੁਸੀਂ ਕੁਛ ਕਰ ਸਕਦੇ ਜਿਹੜਾ ਕੁਛ ਹੋ ਗਿਆ ਐਟਲੀਸਟ ਅਪੋਲੋਜਾਈਜ਼ ਤਾਂ ਕਰੋ ਯਾਰ ਜਿਹੜਾ ਕੁਛ ਹੋ ਗਿਆ ਤੁਸੀਂ ਕੀਤਾ ਗਲਤ ਹੋਇਆ ਅਪੋਲੋਜਾਈਜ਼ ਕਰਕੇ ਜਿਹੜਾ ਬੰਦਾ ਦਾ ਕੰਪਨਸੇਟ ਕਰੋ ਦੈਨ ਸੇਮ ਟਾਈਮ ਜਿਹੜੇ ਬੰਦੇ ਨੇ ਇਨਵੋਲਵ ਸੀਗੇ ਉਹਨਾਂ ਨੂੰ ਪਨਿਸ਼ਮੈਂਟ ਦੇ ਐਟਲੀਸਟ ਪੁੱਟ ਸਮ ਕਲੋਜ਼ਰ ਔਨ ਟੂ ਦੈਟ ਆਪਣਾ ਦ ਫੈਮਿਲੀ ਅਦਰਵਾਈਜ਼ ਦ ਬੁੱਕ ਇਜ਼ ਆਲਵੇਜ਼ ਇਨ ਓਪਨ ਅਸੀਂ ਕਹਿ ਰਹੇ ਹਾਂ ਜੀ ਸਾਡੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਿਹੜੇ ਪੰਜਾਂ ਤਖ਼ਤਾਂ ਦੇ ਜਥੇਦਾਰ ਹੈ ਅਸੀਂ ਚਾਹੁੰਦੇ ਹਾਂ ਉਹਨਾਂ ਦੀ ਵੀ ਆਪ ਕਰ ਸਕਦੇ ਹੋ ਕਿ ਅਸੀਂ ਉਹ ਜਿਹੜਾ ਜੱਜ ਹੁੰਦਾ ਉਰੇ ਕੋਈ ਵੀ ਉਹਦੇ ਲਈ ਅਰਦਾਸ ਇੱਕ ਛੋਟੇ ਜਿਹੇ ਸਾਡਾ ਕੋਰਟ ਕੇਸ ਹੋਵੇ ਨਾ ਪੰਜ ਮਰਲੇ ਦੇ ਪਲਾਟ ਦਾ ਉਹ ਵੀ ਅਸੀਂ ਅਰਦਾਸ ਕਰਕੇ ਜਾਣਾ ਵੀ ਅੱਜ ਜਿੱਤ ਜੀਏ ਤੇ ਕਿਉਂ ਸਿੱਖ ਕੌਮ ਅਰਦਾਸ ਚ ਨਹੀਂ ਪਾ ਸਕਦੀ ਕੀ ਇਹਦੇ ਚ ਵੀ ਜੇ ਆਪਾਂ ਉਹਦੇ ਉੱਤੇ ਛੱਡ ਦਈਏ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਿਓ ਆਪਣੇ ਆਪ ਕਰੂ ਜਿਹੜਾ ਦੋਸ਼ੀ ਹੈ ਰੱਬ ਆਪੇ ਦੇਖ ਲੂਗਾ ਉਹਨੂੰ ਤੁਸੀਂ ਆਪਣੇ ਵੱਲੋਂ ਕੋਰਟਾਂ ਚ ਵੀ ਲੜੀ ਜਾਓ ਪਰ ਨਾਲ ਦੀ ਨਾਲ ਉਸ ਪਰਮਾਤਮਾ ਅੱਗੇ ਰੋਜ਼ ਅਰਦਾਸ ਕਿਉਂ ਨਹੀਂ ਕੀਤੀ ਜਾ ਸਕਦੀ ਕੀਤੀ ਜਾਣੀ ਚਾਹੀਦੀ ਹੈ ਜਾਂ ਨਹੀਂ ਇਹਦੇ ਚ ਰੋਂ ਕੀ ਇਹਦੇ ਚ ਜੇ ਅਸੀਂ ਗੁਰੂ ਤੇ ਸਾਨੂੰ ਯਕੀਨ ਆ ਸਾਰੇ ਸਿੱਖਾਂ ਨੂੰ ਯਕੀਨ ਆ ਉਹਦੇ ਚ ਰੋਂ ਕੁਛ ਨਹੀਂ ਗਾ ਜੇ ਅਸੀਂ ਉਹਦੇ ਚ ਐਡ ਕਰਾਂਗੇ ਆਈ ਥਿੰਕ ਦੈਟ ਵਿਲ ਬੀ ਦ ਬੈਸਟ ਵੇ ਟੂ ਲੀਵ ਇਟ ਫॉर द ਗॉड ਟੂ ਆਲਮਾਈਟੀ ਗॉड ਟੂ ਫਿਗਰ ਆਊਟ ਵਾਟ ਹੈਪਨ ਆ ਵੀ ਜਦੋਂ ਆਪਣੇ ਜਿਵੇਂ ਹੁਣ ਸਾਡੇ ਨਾਲ ਸਰਦਾਰ ਪਰਮਜੀਤ ਸਿੰਘ ਜੀ ਸੰਧੂ ਯਾਨੀ ਕਿ ਪੀਟਰ ਸੰਧੂ ਸਾਡੇ ਨਾਲ ਤੇ ਇਹਨਾਂ ਨੇ ਵੀ ਕਿਹਾ ਕਿ ਹੋਊਗੀ ਭਾਜੀ ਜਦੋਂ ਹੁਣ ਆਪ ਜੀ ਦੇ ਘਰੇ ਕੋਈ ਵੀ ਅਖੰਡ ਪਾਠ ਹੋਊਗਾ ਕੀ ਤੁਸੀਂ ਆਪਣਾ ਜੋ ਕਾਰਜ ਹੈ ਜੋ ਆਪਣਾ ਮਨੋਰਥ ਹੈ ਉਹਦੇ ਨਾਲ ਨਾਲ ਆਪਣੇ ਘਰੇ ਅਖੰਡ ਪਾਠ ਦੇ ਵਿੱਚ 1984 ਪੀੜਤਾਂ ਲਈ ਅਰਦਾਸ ਕਰੋਗੇ ਕਿ ਉਹਨਾਂ ਨੂੰ ਇਨਸਾਫ਼ ਮਿਲੇ ਤੇ ਦੋਸਤੋ ਸਾਡੀ ਇਹੀ ਗੁਜ਼ਾਰਿਸ਼ ਹੈ ਜਿੰਨੇ ਕੋਈ ਲੀਡਰ ਸਾਹਿਬਾਨ ਨੇ ਜਿੰਨੇ ਕੋਈ ਵੱਡੇ ਇਹਨੂੰ ਗੁਰਦੁਆਰਿਆਂ ਦੇ ਉੱਤੇ ਜਿਹਨਾਂ ਦੀ ਵਾਗਡੋਰ ਹੈ ਜਿਹਨਾਂ ਨੂੰ ਕਮਾਂਡ ਸਾਂਭੀ ਗਈ ਹੈ ਕੌਮ ਵੱਲੋਂ ਕਿ ਯਾਰ 1984 ਪੀੜਤਾਂ ਨੂੰ ਸਿਰਫ 6 ਜੂਨ 1984 ਤੇ 1-2-3 ਨਵੰਬਰ 1984 ਉਹਨਾਂ ਨੂੰ ਯਾਦ ਕਰਕੇ ਉਹਨਾਂ ਡੇਟਾਂ 'ਚ ਯਾਦ ਨਾ ਕਰੋ ਉਹਨਾਂ 'ਤੇ ਅਹਿਸਾਨ ਨਾ ਕਰੋ ਜੇ ਕਰਨਾ ਆ ਜੇ ਕੌਮ ਦਾ ਨੁਕਸਾਨ ਹੋਇਆ ਤਾਂ ਫਿਰ ਰੋਜ਼ ਸਵੇਰੇ ਸ਼ਾਮ ਸ਼੍ਰੀ ਹਰਿਮੰਦਰ ਸਾਹਿਬ ਤੋਂ ਲੈ ਕੇ ਹਰ ਗੁਰਦੁਆਰੇ ਦੇ ਵਿੱਚ ਜਿੱਥੇ ਵੀ ਸਾਡਾ ਆਨੰਦ ਕਾਰਜ ਹੈ ਜਿੱਥੇ ਮਰਗਤ ਦਾ ਭੋਗ ਹੈ ਜਿੱਥੇ ਤੁਹਾਡੀ ਕੋਠੀ ਦੀ ਚੱਠ ਹੈ ਜਿੱਥੇ ਵੀ ਕੋਈ ਤੁਸੀਂ ਕਾਰਜ ਕਰਨ ਲਈ ਆਪਣਾ ਸੈਲਫਿਸ਼ ਕਾਰਜ ਕਰਨ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਰਦਾਸ ਕਰਦੇ ਹੋ ਤੇ ਨਾਲ 1984 ਪੀੜਤਾਂ ਨੂੰ ਛੇਤੀ ਤੋਂ ਛੇਤੀ ਇਨਸਾਫ਼ ਮਿਲੇ ਇਹਦੀ ਵੀ ਅਰਦਾਸ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ